ਮਾਣ ਹੈ ਜ਼ਿੰਦਗੀ ਦਾ, ਬਹੁਤ ਹੀ ਪਿਆਰਾ ਵੀਰ ਧੰਨਵਾਦ ਹੈ। ਜਾਂ ਪਹਿਲੀ ਰੋਡ 71,000 ਰੁਪਏ ਦੇ ਫਾਈਨਲ ਤੇ 51,000 ਦੇ ਫਾਈਨਲ ਮੈਚ ਦੀ ਮੋਟਰਸਾਈਕਲ ਦੀ ਪ੍ਰਦੀਪ ਤੂਫਾਨ ਢੰਡੋਰੀ ਵਾਲੇ ਪਾਰਟੀਆਂ ਦੇ ਪ੍ਰਦੀਪ ਤੂਫਾਨ ਕਹਿੰਦੇ ਢੰਡੋਰੀ ਵਾਲਾ ਪਹਿਲੀ ਰੋਡ ਸ਼ਕਰਪੁਰੀਆ ਫਰਿਆਦ। ਉਹ ਵੇਖੋ ਮੋਟਰਸਾਈਕਲ ਦੀਆਂ ਕਿੱਕਾਂ ਮਾਰ ਮਾਰ ਵੇਖਦਾ, ਪਰ ਮੋਟਰਸਾਈਕਲ ਤਾਂ ਸੈਲਫ ਸਟਾਰਟ ਨੇ ਉਸ ਵਰਨਿਆ। ਪਹਿਲੀ ਰੇਡ ਤੇ ਪਹਿਲਾ ਜਫਾ ਤੇ 1100 ਰੁਪਇਆ ਸ਼ਕਰਪੁਰੀਏ ਫਰਿਆਦ ਦੇ ਕਬਜ਼ੇ ਦੇ ਵਿੱਚ ਹੈ। ਥੋੜੀ ਮੁੰਡੇ ਨੇ ਸੱਟ ਮਹਿਸੂਸ ਕੀਤੀ ਹੈ। ਤੂਫਾਨ ਉੱਠੋ ਗੱਭਰੂਆ, ਏਦਾਂ ਮਾੜੀਆਂ ਮੋਟੀਆਂ ਸੱਟਾਂ ਦਾ ਕੌਡੀ ਚ ਲੱਗ ਹੀ ਜਾਂਦੀਆਂ ਨੇ, ਕੌਡੀ ਚ ਲੱਗ ਹੀ ਜਾਂਦੀਆਂ ਨੇ। ਤੇ ਖੜੋ ਮੁੰਡੇ ਉਹ ਵੀ ਫਰਿਆਦ ਸ਼ਕਰਪੁਰ ਦੇ ਵਿੱਚ ਥੋੜੀ ਜਿਹੜੀ ਸੱਟ ਮਹਿਸੂਸ ਕੀਤੀ ਹੈ। ਬਾਬਾ ਮਲੂਕ ਅਲੀ ਦਾ ਵੀਰ ਹੈ, ਬਾਬਾ ਨਾਨਕ ਮੇਰੇ ਵੀਰੋ, ਚੜ੍ਹਦੀ ਕਲਾ ਚ ਰੱਖਣ ਇਹਨਾਂ ਖਿਡਾਰੀਆਂ ਨੂੰ, ਕਿਉਂਕਿ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ ਜਿਹੜੇ ਉੱਗਦੇ ਬਾਹਰ ਕਿਆਰੀਆਂ ਦੇ। ਤੇਰਾ ਬਣੂ ਕੀ ਭੋਲਿਆ ਪੰਛੀ ਆਵੇ, ਤੂੰ ਆ ਗਿਆ ਹੱਥ ਸ਼ਿਕਾਰੀਆਂ ਦੇ। ਮੱਖਣ ਬਰਾੜ ਦੀ ਅਰਜ਼ ਹੈ ਰੱਬ ਅੱਗੇ, ਕਦੇ ਸੱਟ ਨਾ ਮੱਜੇ ਖਿਡਾਰੀਆਂ ਦੇ। ਠੀਕ ਹੈ ਮੁੰਡਾ, ਠੀਕ ਹੈ ਮੁੰਡਾ, ਸ਼ੇਰ ਕਹਾਣੀ ਓਕੇ। ਸੱਚੇ ਪਾਤਸ਼ਾਹ ਮੇਰ ਕਰੇ ਤੱਤੀ ਬਾਹ ਨਾ ਲੱਗੇ ਨਾ ਖਿਡਾਰੀਆਂ ਨੂੰ, ਇਹ ਖੇਡਦੇ ਹੀ ਸੋਹਣੇ ਲੱਗਦੇ ਹੈ। ਇਹ ਘਰੋਂ ਜਦੋਂ ਖੁਸ਼ ਹੋ ਕੇ ਆਉਂਦੇ ਆ ਖੇਡਾਂ ਦੇ ਲਈ, ਤੇ ਇਸੇ ਤਰ੍ਹਾਂ ਹੀ ਖੁਸ਼ ਹੋ ਕੇ ਖੇਡ ਕੇ ਘਰਾਂ ਨੂੰ ਜਾਣ, ਸਾਡੀ ਇਹੀ ਦੁਆ ਹੁੰਦੀ ਹੈ। ਸੱਚੇ ਪਾਤਸ਼ਾਹ ਇਹਨਾਂ ਨੂੰ ਤੱਤੀ ਬਾਹ ਵੀ ਨਾ ਲੱਗਣ ਦੇਵੇ, ਕਬੱਡੀ ਦੇ ਇਹਨਾਂ ਮਹਾਨ ਸਪੂਤਾਂ ਨੂੰ, ਮਾਵਾਂ ਦੇ ਬਲੀ ਪੁੱਤਾਂ ਨੂੰ। ਨਵੀਂ ਸੰਧੂਆ ਸ਼ੇਰ ਗਾਣੀ ਤੇ ਚੋਤਾ ਕਹਿੰਦੇ ਮਹਿਮਤ ਮਾਰੀਆ ਮੇਰੇ ਵੀਰੋ, ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਇੱਕ ਪਾਸੇ ਜੋਤੇ ਦਾ ਬੋਲਿਆ ਹੋਇਆ ਧਾਵਾ ਤੇ ਦੂਜੇ ਪਾਸੇ ਰਣੀਕਿਆਂ ਵਾਲਾ ਕਾਜੂ ਹੈ। ਉਹ ਜੋਤਾ, ਉਹ ਕਾਜੂ, ਉਹ ਜੋਤਾ, ਉਹ ਕਾਜੂ, ਉਹ ਮਹਿਮਤ ਮਾਰੀਆ। ਮੋਟਰਸਾਈਕਲ ਦੀ ਹਵਾ ਚੈੱਕ ਕਰ ਗਿਆ, ਹਵਾ ਚੈੱਕ ਕਰ ਗਿਆ। ਮੰਡੀਆਂ ਵਾਲਾ ਜੱਜ ਮੇਰੇ ਵੀਰੋ, ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਸਾਹਮਣੇ ਤੱਕਾਂਗੇ, ਸ਼ਕਰਪੁਰੀਏ ਫਰਿਆਦ ਨੇ ਪਹਿਲਾ ਜਫਾ ਲਾ ਕੇ ਮੇਰੇ ਵੀਰੋ ਮੋਟਰਸਾਈਕਲ ਤੇ ਕਬਜ਼ਾ ਕਰ ਲਿਆ, ਤੇ ਹੁਣ ਦੇਖਾਂਗੇ। ਓ ਮੰਡੀਆਂ ਵਾਲੇ ਜੱਜ ਦੀ ਪਾਈ ਵੀ ਕਬੱਡੀ ਹੈ, ਬਈ ਵਾਹ ਨਹੀਂ ਸਾਂ ਲੈ ਵੀ ਸਵਰਨਿਆ ਸ਼ਕਰਪੁਰੀਆ। ਤੇ ਇੱਕ ਪਾਸੇ ਮੰਡੀਆਂ ਵਾਲਾ ਜੱਜ ਹੈ, ਸ਼ਕਰਪੁਰੀਆ ਤਾਂ ਅੱਜ ਲੋਹੇ ਵਾਲੀ ਚੁੰਬਕ ਬਣਿਆ ਫਿਰਦਾ। ਹੁਣ ਮੋਟਰਸਾਈਕਲ ਨੇ ਇਹ ਲੋਹੇ ਵਾਲੀ ਚੁੰਬਕ ਬਣ ਗਿਆ। ਛੇੜ ਕਹਾਣੀ ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਵੱਲੋਂ ਜੱਜ ਲਈ ਪਾਰਸਲ ਵੀ ਫੜ ਕੇ ਲੈ ਜਾਓ। ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਵੱਲੋਂ ਜੱਜ ਮੰਡੀਆਂ ਦੇ ਲਈ ਪਾਰਸਲ ਫੜ ਲਓ। ਸਾਡੇ ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਵੱਲੋਂ ਲਵੀ ਸਵਰ ਰਹੇ ਆ ਖਿਡਾਰੀਆਂ ਨੂੰ ਪਾਉਣ ਦਾ ਕਰਦੇ, ਤੇ ਜੋਤਾ ਮਹਿਮਦ ਵਾਰੀਆ ਕਬੱਡੀ ਪਾ ਕੇ ਵਾਪਸ ਵਰਤੇ ਹੈ। ਚਲੋ ਜਵਾਨਾ, 500 ਰੁਪਇਆ ਜੋਤੇ ਤੇਰੇ ਲਈ ਅੱਲਾ ਨੀ ਕੁਝ ਵੀ ਰਿਹਾ, ਫੜ ਲਾ ਗਿਰਾ। ਸਰਦਾਰ ਮੇਜਰ ਸਿੰਘ ਜੀ ਉਹਨਾਂ ਨੇ ਨੋਟਾਂ ਦਾ ਮੀਂਹ ਪਾ ਦਿੱਤਾ, ਤੂਫਾਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਫਰਿਆਦ ਉਹ ਸ਼ੇਰ ਮੁੰਡੇ ਨੂੰ ਤੇ ਦੂਜੇ ਪਾਸੇ ਜੀਤਾ ਤਲਵੰਡੀ ਚੌਧਰੀਆਂ ਵਾਲਾ, ਇੱਕ ਪਾਸੇ ਤੂਫਾਨ ਹੈ। ਬੱਲੇ ਬੱਲੇ ਹੋ ਗਈ ਮਿੱਤਰੋ, ਨਹੀਂ ਰਿਸਾਂ ਤੂਫਾਨ ਦੱਬਦਾ ਕਿੱਥੇ ਹੈ, ਤਾੜੀ ਮਾਰ ਦਿਓ। ਆਹ ਚੱਲਿਆ ਲਗਾਤਾਰ ਕੌਡੀਆਂ ਪਾਉਂਦਾ ਸਵਰਨਿਆ ਸਰਦਾਰ। ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਵੱਲੋਂ ਤੂਫਾਨ ਦੇ ਲਈ ਵੀ 500 ਹੈ, ਤੇ 80 ਕਿਲੋ ਭਾਰ ਦਾ ਪਹਿਲਾ ਇਨਾਮ ਵੀ ਦਿੱਤਾ 18,000 ਮੇਰੇ ਵੀਰੋ। ਔਰ ਅਗਲੀ ਰੇਡ ਜੋਤਾ ਮਹਿਮਦਵਾਰੀ ਆਪਰ ਦੇਖੋ ਜਸ਼ਨਾ ਹੋ ਜਸ਼ਨਾ ਨੰਬਰਵਾਰੀ ਸ਼ਾਕਰਪੁਰੀਏ ਕੱਕੜ ਵਾਲੀਆ ਕਿਤਨਾ ਡੈਣੀ ਨੰਬਰ ਨੰਬਰ ਕਿਧਰਾ ਜੋਤੇ ਦਾ ਬਈ ਬਾ ਜੋਤੇ ਮਹਿਮਦ ਮਾੜੀਏ ਦਾ ਆਂਕੜਾ ਸਰਨਾ ਜੋਤੇ ਮਹਿਮਦ ਮਾੜੀਏ ਨੇ ਮੋਟਰਸਾਈਕਲ ਦੀ ਕਿੱਕ ਮਾਰ ਲਈ ਤੇ ਬਾਹਰ ਕੱਢ ਲਿਆ। ਕਿੱਧਰ ਨੂੰ ਚੱਲਿਆ ਦੱਸੀ ਗਿਰਾ, ਇੱਥੋਂ ਜਲੰਧਰ ਨੂੰ ਜਾਣਗੇ ਪਹਿਲਾਂ ਸੰਧੂਆ, ਲੁਧਿਆਣੇ ਤੋਂ ਫਗਵਾੜਾ ਹੋ ਕੇ ਜਲੰਧਰ, ਜਲੰਧਰ ਤੋਂ ਕਪੂਰਥਲੇ ਵਾਲਾ ਰੋਡ ਤੇ ਕਪੂਰਥਲੇ ਤੋਂ ਸੁਲਤਾਨਪੁਰ ਲੋਧੀ ਵਾਲਾ ਰੋਡ। ਹੋ ਸਾਹਮਣੇ ਦੇਖੋ, ਮੈਂ ਆਖਿਆ ਕਿ ਹੁਣ ਤਾਂ ਇਹ ਲੋਹੇ ਨੂੰ ਚਿੰਬੜਨ ਵਾਲੀ ਚੁੰਬਕ ਬਣ ਗਿਆ, ਇਹ ਮੋਟਰਸਾਈਕਲ ਵਾਲੀ ਚੁੰਬਕ ਬਣ ਗਿਆ। ਉਹ ਵੇਖੋ ਇਹ ਟਰੈਕਟਰਾਂ ਵਾਲੀ ਚੁੰਬਕ ਹੈ, ਇਹ ਗੱਡੀਆਂ ਵਾਲੀ ਚੁੰਬਕ ਹੈ, ਇਹ ਸ਼ਕਰਪੁਰੀਆ ਫਰਿਆਦ ਦੂਜਾ ਜਫਾ ਲਾ ਕੇ ਮੇਰੇ ਵੀਰੋ ਮੋਟਰਸਾਈਕਲ ਤੇ ਬਹਿ ਗਿਆ। ਉਹ ਚੱਲਿਆ ਜੋਤਾ ਮਹਿਮਦ ਵਾਲੀਆ ਸ਼ੇਰ ਕਹਾਣੀ ਗਿਰਾ ਨਾ ਜੋ ਤੇਰੀ ਰੇ। ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਵੱਲੋਂ ਫਰਿਆਦ ਲਈ ਵੀ 500 ਦੇ ਨਾਲ, ਔਰ ਅਗਲੀ ਰੇਡ ਜੋਤਾ ਮਹਿਮਦ ਵਾਲੀਆ ਰਣੀ ਕਿਆ ਵਾਲਾ ਕਾਜੂ ਹੈ ਤੇ ਪੁਆਇੰਟ ਜੋਤੇ ਦਾ। ਤੇ ਜੱਜ ਨੰਬਰਦਾਰ ਸਾਹਿਬ ਵੱਲੋਂ
ਮੇਰੇ ਵੀਰੋ ਜੋਤੇ ਲਈ ਵੀ ਪਾਸੋ ਦੇ ਫੇਰ ਮਾਣ ਹੈ ਜੱਜ ਮੰਡੀਆਂ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਇੱਕ ਪਾਸੇ ਸੁਨਿਆਰਾ ਹੈ ਤੇ ਵਿਚਕਾਰ ਜੀਤਾ ਹੈ ਤੇ ਨਾਲ ਕਹਿੰਦੇ ਮੇਰੇ ਵੀਰੋ ਫਰਿਆਦ ਹੈ ਚਾਰਾਂ ਦੇ ਵਿੱਚੋਂ ਕਿਹਦੇ ਨਾਲ ਮੁਕਾਬਲਾ ਹੋਣਾ ਮੰਡੀਆਂ ਵਾਲੇ ਜੱਜ ਦਾ ਬੋਲਿਆ ਹੋਇਆ ਦਾਵਾ ਇੱਕ ਪਾਸੇ ਤਲ ਮੰਡੀ ਚੌਧਰੀਆਂ ਦਾ ਸੁਨਿਆਰਾ ਪਰ ਅੰਕ ਤਾਂ ਜੱਜ ਦੇ ਜੱਜ ਲਈ 500 ਮੇਜਰ ਸਿੰਘ ਜੀ ਨੰਬਰਦਾਰ ਤੇ ਸਰਬਜੀਤੀਆਂ ਵੱਲੋਂ ਫਰਿਆਦ ਦੇ ਲਈ 100 ਰੁਪਏ ਸਰਬਜੀਤ ਵੱਲੋਂ ਫਰਿਆਦ ਦੀ ਮੰਡੀਆਂ ਵਾਲਿਆ ਆਹ 500 ਲੈ ਜਾ ਨੰਬਰਦਾਰ ਸਬਰਨ ਔਰ ਸਾਹਮਣੇ ਰੇੜ ਇਹ ਆ ਜੋਤਾ ਮਹਿਮਦਵਾਲ ਦੀ ਧਰਤੀ ਦਾ ਢੋਲੀ ਵਾਲਿਆ ਉਹ ਲੱਖਿਆ ਤਾਂ ਵੀ ਗੱਡੀਆਂ ਦਿੱਤੀਆਂ ਨੇ ਉਹ ਢੋਲੀਆਂ ਵਾਲਿਆ ਉਹ ਲੱਖਿਆ ਪਰ ਜੋਤਾ ਰੁਕਦਾ ਕਿੱਥੇ ਹੈ ਇਹਨੇ ਕਿਹੜਾ ਖੁਦੋ ਫਿੰਡੀ ਜਿੱਤੀ ਮੈਦਾਨ ਕੌਡੀ ਦੇ ਹੀ ਜਿੱਤੇ ਆ ਜੋਤੇ ਨੂੰ ਦੱਬਣ ਨੂੰ ਫਿਰਦੇ ਨੇ ਜੋਤਾ ਦੱਬਦਾ ਕਿੱਥੇ ਹੈ ਖੇਡ ਕਹਾਣੀ 500 ਜੋਤੇ ਲਈ ਫੇਰ ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਵੱਲੋਂ ਪੁੱਜਦਾ ਕੀਤਾ ਜਾ ਰਿਹਾ ਧੰਨਵਾਦ ਲਓ ਸਾਹਮਣੇ ਵੇਲ ਇਸ ਸਮੇਂ ਤੂਫਾਨ ਮੇਰੇ ਵੀ ਨਵੀ ਫਰਿਆਦ ਫਰਿਆਦ ਪਰ ਸਾਹਮਣੇ ਸੁਨਿਆਰਾ ਤਲਵੰਡੀ ਚੌਧਰੀਆਂ ਵਾਲੇ ਤੇ ਸੁਨਿਆਰਾ ਤਲਵੰਡੀ ਚੌਧਰੀਆਂ ਵਾਲਾ ਜਫਾ ਲਾ ਗਿਆ ਆ ਚੰਡਿਆ ਯੋਧਾ ਰਣੀਗਾ ਵਾਲੇ ਕਾਜੂਆ ਤੇਰੇ ਪਿੰਡ ਦੇ ਵਿੱਚ ਵੀ ਆਸ ਹੋਣੀ ਹੈ ਕਿ ਅੱਜ ਕਾਜੂ ਮੋਟਰਸਾਈਕਲ ਲੈ ਕੇ ਆਵੇ ਕਾਜੂਆ ਯੋਧਾ ਆ ਗਿਆ ਸ਼ੇਰ ਮੁੰਡੇ ਨੂੰ ਕਰੰਟ ਮਾਰਦਾ ਇਹਦੇ ਚ 11,000 ਬੁਲਟ ਦਾ ਕਰੰਟ ਹੈ ਓ ਇੱਕ ਪਾਸੇ ਕੱਕੜ ਵਾਲੀਆ ਜਸ਼ਨ ਹੈ ਤੇ ਇੱਕ ਪਾਸੇ ਕਾਜੂ ਹੈ ਵਿਚਕਾਰ ਲੱਖਾ ਕੱਕੜ ਵਾਲੀਆ ਟਰਾਈ ਕਰਦਾ ਹੋਇਆ ਇੱਕ ਪਾਸੇ ਯੋਧਾ ਤਲਵੰਡੀ ਵਾਲਾ ਤੇ ਦੂਜੇ ਪਾਸੇ ਕੱਕੜ ਵਾਲੀਆ ਉਹ ਬੱਲੇ 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 ਇਹ ਤਾਂ ਫਰਿਆਦ ਦੇ ਮੋਟਰਸਾਈਕਲ ਮਗਰ ਭੱਜਿਆ ਜਾਂਦਾ ਕਹਿੰਦਾ ਮਰੇਲ ਕੋਟਰਾ ਨਾ ਲੰਘਾਈ ਇੱਥੇ ਰੋਕ ਲੈ ਮੈਂ ਵੀ ਆ ਗਿਆ ਉਹ ਵੇਖਦਿਆਂ ਜੱਜ ਮਗਰ ਮਗਰ ਆਉਂਦਾ ਇੱਧਰ ਸਾਰਾ ਵੀਰ ਜਸਪਾਲ ਪੜੀ ਬੇਨਤੀ ਦਾ ਵੀ ਧੰਨਵਾਦ ਸਰ ਨੇ ਤੂੰ ਉੱਥੇ ਹੋ ਲਾ ਬਾਹਰ ਉੱਥੇ ਪੈਸੇ ਬਾਈ ਬਣ ਕੇ ਕੈਮਰਿਆਂ ਦੇ ਮੂਹਰੇ ਨਾ ਆਓ ਦਰਸ਼ਕਾਂ ਦੇ ਮੰਗ ਹੈ ਤੇ ਨਹੀਂ ਤਾਂ ਫਿਰ ਮੈਸੇਜ ਪੜ੍ਹ ਲਿਓ ਸਾਹਮਣੇ ਵੇਖਾਂਗੇ ਬਾਕੇ ਕਬੱਡੀ ਦੇ ਵਿੱਚ ਮੇਰੇ ਵੀਰੋ ਇੱਕ ਪਾਸੇ ਜੱਜ ਹੈ ਤੇ ਦੂਜੇ ਪਾਸੇ ਸੁਨਿਆਰਾ ਦੋ ਜੱਫੇ ਲਾ ਕੇ ਫਰਿਆਦ ਸ਼ਕਰਪੁਰੀਏ ਦੇ ਮੋਟਰਸਾਈਕਲ ਦੇ ਬਰਾਬਰ ਬਹਿ ਗਿਆ ਉਹ ਸਵਰਨਿਆ ਆ ਚੱਲਿਆ ਜੋਤਾ ਤੇ ਗੋਪੀ ਭੰਡਾਰ ਵੱਲੋਂ ਫਰਿਆਦ ਜਿੰਨੇ ਵੀ ਜੱਫੇ ਲਾਓ ਹਰ ਜੱਫੇ ਦਾ 100 ਦਿੱਤਾ ਜਾਓ ਉੱਧਰ ਸਾਡਾ ਵੀ ਸਾਗਰ ਪ੍ਰਧਾਨ ਕਹਿੰਦਾ ਕਿ ਸਟਾਚਾ ਜੀ ਵੱਲੋਂ ਅੱਜ ਵੱਡਾ ਮਾਰ ਕੀਤਾ ਗਿਆ ਖਿਡਾਰੀਆਂ ਦਾ ਉਹ ਸਾਹਮਣੇ ਜੋਤਾ ਮਹਿਮਦ ਵਾਲੀ ਹੈ ਆਓ ਲਈ ਜਾਂਦਾ ਨੰਬਰਦਾਰ ਸਾਹਿਬ ਕਹਿੰਦੇ 500 ਫੇਰ ਦੇ ਦਿਓ ਸਾਗਰ ਖੁਸ਼ ਆ ਵੀ ਰਿਹਾ ਸਾਗਰ ਕਹਿੰਦਾ ਭੰਗੜਾ ਪਾਵਾਂਗੇ ਸੰਧੂਆ ਆਤਸ਼ਬਾਜੀ ਵੀ ਚਲਾਵਾਂਗੇ ਉਹ ਵੇਖੋ ਇੱਕ ਪਾਸੇ ਤੂਫਾਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ 4 ਜਾਫੀਆਂ ਦੇ ਵਿੱਚੋਂ ਕਿਹਦੇ ਨਾਲ ਮੁਕਾਬਲਾ ਹੋਣਾ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨਹੀਂ ਰਿਸਾ ਅੰਕ ਤਾਂ ਰੇਡਰ ਦਾ ਨਹਾਰੇ ਵਾਲਿਆ ਆ ਪੈਸੇ ਫੜੀ ਜਾ ਤੂੰ ਆ ਜਾ ਕਿੱਦਾਂ ਮੇਰੇ ਕੋਲ ਆ ਜਾ ਆਪਣੀ ਮਾਇਆ ਜਿਹੜੀ ਨਾਲ ਹੁੰਦੇ ਲਈ ਜਾਓ ਉੱਥੇ ਖੜਦਾ ਉੱਥੇ ਇੱਕ ਖਿਡਾਰੀ ਨੂੰ ਇੱਕ ਨੂੰ ਮਿਲਾ ਲੈ ਉੱਥੇ ਬੋਲੀ ਇੱਕ ਇੱਕ ਖਿਡਾਰੀ ਆ ਜਾਓ ਬੇਨਤੀ ਹੈ ਜੋਤਾ ਮੈਂ ਲਵਾ ਲਈ ਆ ਮੇਰੇ ਵੀਰੋ ਅਗਲੀ ਰੇਡ ਪਾ ਰਹੇ ਹੈ ਔਰ ਸਾਹਮਣੇ 4 ਤਿਆਰ ਰਵੀ ਕੇ ਵਾਲਾ ਕਾਜੂ ਤੇ ਜਸ਼ਨ ਕੱਕੜਵਾਲ ਦਾ ਤੇ ਢੰਡੋਲੀ ਦਾ ਟਾਈਗਰ ਤੇ ਨਾਲ ਗੁਰਪ੍ਰੀਤ ਤੇ ਪ੍ਰਦੀਪ ਸਿੰਘ ਤੂਫਾਨ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ 4 ਜਾਫੀਆਂ ਦੇ ਵਿੱਚੋਂ ਕਿਹਦੇ ਨਾਲ ਮੁਕਾਬਲਾ ਹੋਣਾ ਜੀਤਾ ਵੀ ਖੜ ਗਿਆ ਸੁਨਿਆਰਾ ਵੀ ਖੜ ਗਿਆ ਸ਼ਕਰਪ੍ਰੀਆ ਫਰਿਆਦ ਸ਼ਕਰਪ੍ਰੀਆ ਫਰਿਆਦ ਪਰਲੀ ਕੰਨੀ ਤੇ ਹੈ ਆਓ ਸੁਨਿਆਰਾ ਤਲਵੰਡੀ ਚੌਧਰੀਆਂ ਵਾਲਾ ਇੱਕ ਪਾਸੇ ਤੂਫਾਨ ਹੈ ਇੱਕ ਪਾਸੇ ਸੁਨਿਆਰਾ ਤੂਫਾਨ ਸੁਨਿਆਰਾ ਤੂਫਾਨ ਸੁਨਿਆਰਾ ਬੱਲੇ 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 ਆ ਆਹ ਮਾਰਿਆ ਬਾਹਰੇ ਕੱਢ ਕੇ ਜਿਵੇਂ ਖੰਡ ਪੜ ਰਹਿੰਦੇ ਕਰੋ ਸ਼ਰਾਬੀਆਂ ਨੂੰ ਧੱਕੇ ਮਾਰ ਮਾਰ ਕੱਢੀ ਨਾ ਉਹ ਸੰਧੂਆ ਆ ਚੱਲਿਆ ਜੋਤਾ ਇੱਕ ਬੇਨਤੀ ਹੈ ਪ੍ਰਬੰਧਕੀ ਕਮੇਟੀ ਵੱਲੋਂ ਕਿ ਜੇ ਇੱਕ ਪਰੇਡ ਬਾਗੀ ਪਾ ਦੇਣਾ ਬੜੀ ਮਿਹਰਬਾਨੀ ਹੋਈ ਬਾਗੀ ਲਵੀ ਕਲੱਬ ਨੂੰ ਆਪਾਂ ਨਾਂ ਦਰਜ ਕਰੀਏ ਪਰੇਡ ਜ਼ਰੂਰ ਪਾ ਦਿਓ ਬੇਨਤੀ ਹੈ ਕਿਉਂਕਿ ਸਵਰਨਿਆ ਬਾਗੀ ਨੂੰ ਆਪਾਂ ਅਪੀਲ ਕਰ ਸਕਦੇ ਹਾਂ ਪਰ ਮਜਬੂਰ ਨਹੀਂ ਕਰ ਸਕਦੇ ਕਿਉਂਕਿ ਜੋਤਾ ਕਿਉਂਕਿ ਮੋਟਰਸਾਈਕਲਾਂ ਦੀ ਗੱਲ ਹੈ ਜਦਾ ਲਗਾਤਾਰ ਜੋਤਾ ਕਬੱਡੀਆਂ ਪਾ ਰਿਹਾ ਬਾਕੀ ਵਾਲੇ
ਉਹਨਾਂ ਬਾਰਵਾਂ ਭੋ ਕੇ ਨਹੀਂ ਆਇਆ ਕਿਉਂਕਿ ਗਰਾਊਂਡ ਦੇ ਵਿੱਚ ਉਸੇ ਤਰ੍ਹਾਂ ਜੋਤੇ ਨੂੰ ਛੱਡਿਆ। ਬਾਗੀ ਕਹਿੰਦਾ ਜੋਤਾ ਕੌਡੀਆਂ ਪਾਊ, ਪਰ ਫਿਰ ਵੀ ਕਹਿੰਦੇ ਆ ਬਾਗੀ ਨੂੰ, ਲੈ ਵੀ ਬਾਗੀ ਵੀਰਿਆ ਕੌਡੀ ਕਦੀ ਪਾ ਦੇ, ਰਾਣੇ ਨਾਲ ਮੁਕਾਬਲਾ। ਪਰ ਕਹਿੰਦਾ ਰਾਣਾ ਢੰਡੋੜੀ ਵਾਲਾ ਅੰਕ ਆਪਣੀ ਟੀਮ ਲਈ ਜੋੜਦਾ ਹੋਇਆ ਉਹ ਵੇਖਦੇ ਆ। ਬਹਿਮਤ ਵਾਲ ਗਿਆ ਮੇਰੇ ਵੀਰੋ, ਇੱਕ ਪਾਸੇ ਯੋਧਾ ਤਲਵੰਡੀ ਚੌਧਰੀਆਂ ਵਾਲਾ ਕਬੱਡੀ ਪਾ ਰਿਹਾ ਹੈ, ਛੇੜ ਯੋਧਾ ਤਲਵੰਡੀ ਚੌਧਰੀਆਂ ਵਾਲਾ ਮੇਰੇ ਵੀਰੋ, ਕਿ ਰਣ ਜਿੱਤਣ ਲਈ ਸੂਰਮਾ ਹਰ ਦਮ ਰਹੇ ਤਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਦੇ ਵਾਰ। ਤੇ ਮੁਕਾਬਲਾ ਸਮਾਪਤ ਹੋ ਗਿਆ, ਤਲਵੰਡੀ ਚੌਧਰੀਆਂ ਦੀ ਟੀਮ ਜਿਹੜੀ ਇਸ ਮੁਕਾਬਲੇ ਤੋਂ ਫਸਟ ਹੈ, ਜੋਤਾ ਮਹਿਮਦ ਵਾਲੀਆ ਜਿਹੜਾ ਬੈਸਟ ਰੇਡਰ ਹੈ। ਤੇ ਬੈਟ ਜਾਫੀ ਦੱਸੀ, ਤਿੰਨ ਟੱਚ ਦੋ ਜਫੇ ਸੁਨਿਆਰਾ ਕਹਿੰਦੇ, ਤੇ ਨਾਲ ਸ਼ਕਰਪ੍ਰਿਆ ਫਿਆਦ ਮੇਰੇ ਵੀਰੋ ਬੈਸਟ ਜਾਫੀ ਨੇ, ਸੁਨਿਆਰਾ ਤੇ ਫਿਆਦ ਬੈਟ ਜਾਫੀ ਆ, ਤੇ ਬੈਸਟ ਰੇਡਰ ਜੋਤਾ ਮਹਿਮਦ ਵਾਲੀਆ ਕਰਨਿਆ ਜਾ।